ਤੱਕ ਨਵਾਂ ਗਾਣਾ ਸਿੱਧੂ ਦਾ ਉਮੀਦ ਹੈ? ਦੇਖੋ ਤਿਆਰੀ 'ਚ ਲੱਗੇ ਹੋਏ ਅਸੀਂ ਨੈਕਸਟ ਦੀ, ਪਰ ਹਾਲੇ ਮੈਂ ਡੇਟ ਨਹੀਂ ਐਲਾਨ ਕਰ ਸਕਦਾ ਕਿਉਂਕਿ ਇਹ ਟੀਮ ਵਰਕ ਹੈ। ਕੋਈ ਹਿੰਟ ਦੇ ਦਿਓ ਵੀ ਜਦ ਤੱਕ ਫੈਨ ਬਸ ਉਹਦੇ ਜਨਮਦਿਨ ਤੋਂ ਪਹਿਲਾਂ ਛੱਡਾਂਗੇ ਮੈਂ ਤੁਹਾਨੂੰ, ਅਤੇ ਉਹਦੀ ਹੁਣ ਤਿਆਰੀ ਲੱਗੇ ਹੋਏ ਹੈ ਕਰਨ 'ਚ, ਵਧੀਆ ਗਾਣਾ ਕੰਪਲੀਟ ਕਰਨਾ ਸਾਡੀ ਕੋਸ਼ਿਸ਼ ਹੈ, ਵਿਦ ਵੀਡੀਓ ਛੱਡਾਂਗੇ ਜੀ। ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਨਵਾਂ ਗੀਤ ਬਾਪੂ ਬਲਕੌਰ ਸਿੰਘ ਨੇ ਇੱਕ ਨਵੀਂ ਲੇਟੈਸਟ ਇੰਟਰਵਿਊ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਕਲੀਅਰ ਕਰਤਾ ਕਿ ਜਲਦੀ ਹੀ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆਉਣ ਵਾਲਾ ਹੈ। ਹੋ ਸਕਦਾ ਹੈ ਇਸ ਮਹੀਨੇ ਜਨਵਰੀ ਦੇ ਵਿੱਚ, ਨਵੇਂ ਸਾਲ ਦੇ ਵਿੱਚ ਹੀ ਗਾਣਾ ਆਪਾਂ ਨੂੰ ਦੇਖਣ ਨੂੰ ਵੀ ਮਿਲ ਸਕਦਾ। ਇਹ ਗਾਣਾ ਦੋਸਤੋ ਪੂਰੀ ਫੁੱਲ ਉਮੀਦ ਹੈ ਵੀ ਇਹ ਗਾਣਾ ਵਿਦ ਵੀਡੀਓ ਛੱਡਾਂਗੇ ਜਾਊਗਾ, ਕਿਉਂਕਿ ਹੁਣ ਤੱਕ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਆਏ ਹੈ ਸਿੱਧੂ ਦੇ ਜਾਣ ਤੋਂ ਬਾਅਦ, ਉਹ ਸਾਰੇ ਬਿਨਾਂ ਵੀਡੀਓ ਤੋਂ ਗਾਣੇ ਆਏ ਹੈ। ਅਤੇ ਆਹ ਜਿਹੜਾ ਇੱਕ ਵੀਡੀਓ ਗਾਣੇ ਦੀ ਕੀਤੀ ਸੀ, ਜਿਹੜਾ ਚੋਰੀ ਗਾਣਾ ਸੀ, ਉਹਦੀ VFX ਦੇ ਨਾਲ ਵੀਡੀਓ ਕੀਤੀ ਸੀ ਤਿਆਰ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਆਹ ਗਾਣੇ ਦੀ ਪੂਰੀ ਉਮੀਦ ਲਗਾਈ ਜਾ ਸਕਦੀ ਹੈ ਵੀ ਇਹ ਗਾਣਾ ਇਹ ਪੂਰਾ ਜਦ ਵੀਡੀਓ ਆਊਗਾ, ਅਤੇ ਗਾਣਾ ਵੀ ਤੁਹਾਨੂੰ ਪਤਾ ਹੀ ਹੈ ਫਿਰ ਧਮਾਕਾ ਹੀ ਹੁੰਦਾ, ਫਿਰ ਝੋਟਾ ਤੁਹਾਨੂੰ ਪਤਾ ਹੀ ਹੈ ਜਦ ਖੁੱਲ੍ਹਦਾ, ਸਾਰੇ ਇਕੱਠੇ ਬੱਚੇ ਦੇ ਤੰਦਰੁਸਤ।